ਗਾਇਸ, ਵੈਲਕਮ ਬੈਕ ਟੂ ਮਾਈ ਚੈਨਲ ਮਾਈ ਕ੍ਰੀਏਟੀਵਿਟੀ। ਦੇਖੀਏ ਜੀ, ਮੈਂ ਫਿਰ ਤੁਹਾਡੇ ਲਈ ਦੋ ਰੰਗਾਂ ਦਾ ਬੇਹਦ ਆਸਾਨ ਜਿਹਾ ਬੁਣਾਈ ਡਿਜ਼ਾਈਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਆਲ ਪ੍ਰੋਜੈਕਟ ਵਿੱਚ ਅਪਲਾਈ ਕਰ ਸਕਦੇ ਹੋ, ਲੇਡੀਜ਼, ਜੈਂਟਸ ਔਰ ਬੱਚਿਆਂ ਦੀ। ਦੇਖੀਏ, ਬੇਹਦ ਆਸਾਨ ਜਿਹਾ ਔਰ ਫਟਾਫਟ ਬਣਨ ਵਾਲਾ ਡਿਜ਼ਾਈਨ ਹੈ ਜੀ। ਚਲੀਏ ਬਣਾਉਣਾ ਸਟਾਰਟ ਕਰਦੇ ਹਾਂ। ਦੇਖੀਏ, ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 6 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ। ਮੇਨ 6-6 ਫੰਦਿਆਂ ਦਾ ਜੋੜ, 4 ਫੰਦੇ ਅਸੀਂ ਐਕਸਟਰਾ ਲਵਾਂਗੇ ਤਾਂ ਪੈਟਰਨ ਸੈੱਟ ਆਏਗਾ। ਦੇਖੀਏ, 4 ਇਸ ਤਰ੍ਹਾਂ, 6 ਪਲੱਸ 6 ਪਲੱਸ 6, 4 ਫੰਦੇ ਐਕਸਟਰਾ ਲਏ ਨੇ। ਦੇਖੀਏ, ਬਾਰਡਰ ਤੋਂ ਬਾਅਦ ਸਿੱਧੀ ਸਾਈਡ ਅਸੀਂ ਇੱਕ ਬੇਸ ਕਰੋ ਪਾ ਲਈਏ। ਦੇਖੀਏ, ਮੈਂ ਸਿੱਧਾ ਸਿੱਧਾ ਬੁਣ ਕੇ ਕੰਪਲੀਟ ਕਰ ਲਈਏ ਫਸਟ ਰੋ ਬੇਸ ਕਲਰ ਨਾਲ ਹੀ। ਹੁਣ ਅਸੀਂ ਬੈਕ ਸਾਈਡ ਆ ਗਏ। ਬੈਕ ਸਾਈਡ ਅਸੀਂ ਕੀ ਕਰਨਾ, ਦੇਖੀਏ ਆਪਣਾ ਪੈਟਰਨ ਸ਼ੁਰੂ ਕਰਾਂਗੇ ਬੈਕ ਸਾਈਡ ਤੋਂ। ਦੇਖੀਏ, ਹੁਣ ਅਸੀਂ ਕੀ ਕਰਨਾ, 1 2। ਦੇਖੀਏ, ਪਹਿਲਾਂ ਅਸੀਂ 2 ਫੰਦੇ ਉਲਟੇ ਬਣਾਏ ਆ, ਧਾਗਾ ਪਿੱਛੇ ਲੈ ਕੇ ਗਏ। ਹੁਣ ਅਸੀਂ ਕੀ ਕਰਨਾ, 1 2 3 4 5। ਦੇਖੀਏ, 5 ਫੰਦੇ ਅਸੀਂ ਸਲਿੱਪ ਕਰ ਲੈਣੇ, ਉਤਾਰ ਲੈਣੇ, ਧਾਗਾ ਆਪਣੇ ਵੱਲ ਲੈ ਕੇ ਆਏ, ਫਿਰ 1 ਫੰਦਾ ਉਲਟਾ। ਦੇਖੀਏ, ਇਹ 2 ਫੰਦਿਆਂ ਨੂੰ ਛੱਡ ਕੇ ਇਹ 6 ਫੰਦੇ ਸਾਡੀ ਪੂਰੀ ਰੋ ਵਿੱਚ ਰਿਪੀਟ ਹੁੰਦੇ ਜਾਣਗੇ। ਅਗੇਨ 1 2 3 4 5, ਅੱਗੇ ਲੈ ਕੇ ਆ, 1 ਫੰਦਾ ਅਸੀਂ ਉਲਟਾ ਬਣਾਇਆ, ਫਿਰ ਉਹਦੀ ਰਿਪੀਟ ਕਰਾਂਗੇ, 1 2 3 4 5। ਦੇਖੀਏ, 1 ਫੰਦਾ ਉਲਟਾ, ਲਾਸਟ 'ਤੇ 2 ਫੰਦੇ ਸਾਡੇ ਇਹ ਵੀ ਅਸੀਂ ਉਲਟੇ ਬਣਾ ਲਏ। ਦੇਖੀਏ, ਡਿਜ਼ਾਈਨ ਦੀ ਬੈਕ ਸਾਈਡ ਤੋਂ ਸਾਡੀ ਫਸਟ ਰੋ ਪੈ ਗਈ ਹੈ। ਹੁਣ ਅਸੀਂ ਸਿੱਧੀ ਸਾਈਡ ਆ ਗਏ। ਸਿੱਧੀ ਸਾਈਡ ਤੋਂ ਅਸੀਂ ਆਪਣਾ ਸੈਕਿੰਡ ਕਲਰ ਲਾਵਾਂਗੇ। ਦੇਖੀਏ, ਮੈਂ ਸੈਕਿੰਡ ਕਲਰ ਅਟੈਚ ਕਰ ਲਿਆ। ਹੁਣ ਅਸੀਂ ਡਿਜ਼ਾਈਨ ਦੀ ਸੈਕਿੰਡ ਰੋ, ਦੇਖੀਏ ਸੈਕਿੰਡ ਕਲਰ ਨਾਲ ਅਸੀਂ ਕੀ ਕਰਨਾ, ਫਰੰਟ ਸਾਈਡ ਤੋਂ ਜੋ ਫੰਦੇ ਅਸੀਂ ਬੁਣੇ ਨੇ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ, ਜੋ ਫੰਦੇ ਸਲਿੱਪ ਕੀਤੇ ਨੇ ਉਹਨਾਂ ਨੂੰ ਵੀ ਅਸੀਂ ਇੱਦਾਂ ਸਿੱਧੇ ਹੀ ਬਣਾਉਂਦੇ ਜਾਵਾਂਗੇ। ਪੂਰੀ ਰੋ ਅਸੀਂ ਸਿੱਧੇ ਸਿੱਧੇ ਫੰਦਿਆਂ ਨਾਲ ਹੀ ਖਤਮ ਕਰਨੀ ਆ। ਦੇਖੀਏ ਫਰੈਂਡ, ਜੇ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ, ਤਾਂ ਪਲੀਜ਼ ਰਿਕੁਐਸਟ ਹੈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਅਤੇ ਨਾਲ ਹੀ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰਨਾ, ਤਾਂ ਕਿ ਮੇਰੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਦੇਖੀਏ, ਪੂਰੀ ਰੋ ਅਸੀਂ ਇਸ ਤਰ੍ਹਾਂ ਸਿੱਧੇ ਸਿੱਧੇ ਫੰਦਿਆਂ ਨਾਲ ਹੀ ਕੰਪਲੀਟ ਕਰ ਲਈਏ। ਹੁਣ ਅਸੀਂ ਬੈਕ ਸਾਈਡ ਆ ਗਏ, ਥਰਡ ਰੋ। ਦੇਖੀਏ, ਬੈਕ ਸਾਈਡ ਤੋਂ ਅਸੀਂ ਕੀ ਕਰਨਾ, ਬੈਕ ਸਾਈਡ ਤੋਂ ਵੀ ਅਸੀਂ ਇਹ ਆਪਣੀ ਪੂਰੀ ਰੋ ਇਸ ਤਰ੍ਹਾਂ ਸਿੱਧੀ ਬਣਾਉਣੀ ਆ। ਦੇਖੀਏ, ਪੂਰੀ ਦੀ ਪੂਰੀ ਰੋ ਅਸੀਂ ਇਸ ਤਰ੍ਹਾਂ ਕੰਪਲੀਟ ਕਰਾਂਗੇ। ਦੇਖੀਏ, ਬੈਕ ਸਾਈਡ ਤੋਂ ਵੀ ਅਸੀਂ ਪੂਰੀ ਰੋ ਸੈਕਿੰਡ ਕਲਰ ਨਾਲ ਸਿੱਧਾ ਸਿੱਧਾ ਬੁਣ ਕੇ ਕੰਪਲੀਟ ਕੀਤੀ ਹੈ। ਹੁਣ ਸਾਡੀਆਂ 3 ਸਿਲਾਈਆਂ ਕੰਪਲੀਟ ਹੋ ਗਈਆਂ ਜੀ। ਫੋਰਥ ਰੋ ਸਿੱਧੀ ਸਾਈਡ, ਹਰ 2 ਸਿਲਾਈਆਂ ਬਾਅਦ ਸਾਡਾ ਕਲਰ ਚੇਂਜ ਹੋ ਜਾਏਗਾ। 2-2 ਸਿਲਾਈਆਂ ਬਾਅਦ ਅਸੀਂ ਕਲਰ ਬਦਲਦੇ ਜਾਵਾਂਗੇ। ਹੁਣ ਆਪਣਾ ਪਿੰਕ ਕਲਰ ਲਿਆ। ਹੁਣ ਅਸੀਂ ਕੀ ਕਰਨਾ, ਧਿਆਨ ਨਾਲ ਦੇਖਣਾ, 1 2 3 4 5। ਦੇਖੀਏ, 5 ਫੰਦੇ ਅਸੀਂ ਸਿੱਧੇ ਬਣਾਏ। ਹੁਣ ਅਸੀਂ ਕੀ ਕਰਨਾ, ਜੋ ਅਸੀਂ ਇਹ ਲੂਪ ਛੱਡਿਆ ਸੀਗਾ ਇਹਨੂੰ ਅਸੀਂ ਇਸ ਤਰ੍ਹਾਂ ਲੈਣਾ, ਇਹ ਵਾਲੇ ਫੰਦੇ ਨਾਲ ਅਸੀਂ ਦੇਖੀਏ
ਇਸ ਤਰ੍ਹਾਂ ਇਕੱਠਾ ਬਣਾਉਣਾ। ਫਿਰ ਉਸ ਤਰ੍ਹਾਂ ਕਰਾਂਗੇ ਅਸੀਂ 1, 2, 3, 4, 5 ਦੇਖੀ 5 ਫੰਦੇ ਬਣਾ ਲੈਣੇ 5। ਹੁਣ ਅਸੀਂ ਫਿਰ ਉਹਦੀ ਇਹ ਵਾਲਾ ਲੂਪ ਲੈਣਾ ਦੇਖੀ ਇਹਨਾਂ ਦੇ ਦੋਨਾਂ ਦੇ ਵਿੱਚ ਦੀ ਅਸੀਂ ਇਸ ਤਰ੍ਹਾਂ ਲੰਘਾ ਦੇਣਾ। ਅਗੇਨ 1, 2, 3, 4, 5 5 ਫੰਦੇ ਬਣਾਏ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਦੋਨਾਂ ਨੂੰ ਇਕੱਠੇ ਬਣਾਉਣਾ। ਹੁਣ 1, 2, 3, 4 ਦੇਖੀ ਇੱਕ ਸਾਈਡ ਸਾਡੇ 5 ਫੰਦੇ ਆਏ ਨੇ, ਇੱਕ ਸਾਈਡ 4 ਫੰਦੇ। ਵਿੱਚ ਅਸੀਂ ਇਸ ਤਰ੍ਹਾਂ 5-5 ਫੰਦੇ ਛੱਡਣੇ ਆ, 6ਵੇਂ ਫੰਦੇ ਨੂੰ ਅਸੀਂ ਲੂਪ ਨਾਲ ਇਕੱਠਾ ਬਣਾਉਣਾ। ਹੁਣ ਅਸੀਂ ਬੈਕ ਸਾਈਡ ਆ ਗਏ, ਦੇਖੀਏ ਬੈਕ ਸਾਈਡ ਤੋਂ ਫਿਰ ਸਾਡੀ ਫਸਟ ਰੋ ਰਿਪੀਟ ਹੋਏਗੀ ਕਿਸ ਤਰ੍ਹਾਂ। ਦੇਖੀਏ ਪਹਿਲਾਂ ਅਸੀਂ ਕਿੰਨੇ ਫੰਦੇ ਬਣਾਏ ਸੀ, 1, 2 ਦੇਖੀ 2 ਫੰਦੇ ਬਣਾਏ ਸੀ, ਧਾਗਾ ਪਿੱਛੇ ਲੈ ਕੇ ਗਏ, ਫਿਰ ਉਹਦੇ 1, 2, 3, 4, 5 ਦੇਖੀ ਧਾਗਾ ਅੱਗੇ ਲੈ ਕੇ ਆਏ, ਫਿਰ 1 ਫੰਦਾ ਬਣਾਇਆ, ਧਾਗਾ ਪਿੱਛੇ ਲੈ ਕੇ ਗਏ, 1, 2, 3, 4, 5 ਦੇਖੀ 5 ਫੰਦੇ ਉਤਾਰੇ, 1 ਫੰਦਾ ਉਲਟਾ, ਫਿਰ ਧਾਗਾ ਪਿੱਛੇ, 1, 2, 3, 4, 5 ਇਸ ਤਰ੍ਹਾਂ। ਲਾਸਟ 'ਤੇ ਸਾਡੇ 3 ਫੰਦੇ ਆਉਣਗੇ, ਇਹਨਾਂ ਨੂੰ ਅਸੀਂ ਉਲਟਾ ਬਣਾਉਣਾ। ਦੇਖੀਏ ਇਸ ਤਰ੍ਹਾਂ ਸਾਡੀ ਇਹ ਫਸਟ ਰੋ ਫਿਰ ਤੋਂ ਇੱਥੇ ਰਿਪੀਟ ਹੋਈ ਆ। ਅਸੀਂ ਹੁਣ ਆਪਣਾ ਫਿਰ ਇਹ ਸੈਕਿੰਡ ਕਲਰ ਲਾਵਾਂਗੇ। ਦੇਖੀਏ ਸੈਕਿੰਡ ਕਲਰ ਨਾਲ ਪੂਰੇ ਫੰਦੇ ਸਿੱਧੇ, ਬੈਕ ਤੋਂ ਵੀ ਸਿੱਧੇ, ਇਸ ਤਰ੍ਹਾਂ ਸਾਡਾ ਇਹ ਪੈਟਰਨ ਬਣਦਾ ਜਾਏਗਾ। ਅੱਗੇ ਅੱਗੇ ਬਣਾਵਾਂਗੇ ਤਾਂ ਇਸ ਤਰ੍ਹਾਂ ਬਣੇਗਾ ਇਹ। ਦੇਖੀਏ ਤੁਸੀਂ ਇਹਨੂੰ ਆਲ ਬੇਬੀਜ਼ ਬੋਆਇਜ਼ ਕਿਸੇ ਵੀ ਪ੍ਰੋਜੈਕਟ ਵਿੱਚ ਅਪਲਾਈ ਕਰ ਸਕਦੇ ਹੋ। ਬੇਦ ਆਸਾਨ ਜਿਹਾ ਡਿਜ਼ਾਇਨ ਹੈ ਜੀ ਔਰ ਫਟਾਫਟ ਬਣਦਾ। ਪਲੀਜ਼ ਫਰੈਂਡਸ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਾਈ ਵੀਡੀਓ।